ਇੱਕ ਨਿਹੰਗ ਸਿੰਘ ਆਪਣੇ ਮੋਟਰਸਾਈਕਲ ਤੇ ਅੱਗੇ ਗਏ ਨੇ, ਬਿਆ ਸਪੈਸ਼ਲ ਸ਼ੀਸ਼ੇ ਇਹਨਾਂ ਦੀਆਂ ਅੱਖਾਂ ਤੇ ਮੈਨੂੰ ਨਜ਼ਰ ਆਏ, ਆਪਣੇ ਮੋਟਰਸਾਈਕਲ ਤੇ ਅੱਗੇ ਵੱਧਦਾ ਹੋਇਆ ਇਹ ਨਿਹੰਗ ਸਿੰਘ, ਤਾਂ ਇਹ ਤਸਵੀਰ ਤੁਹਾਡੇ ਸਾਹਮਣੇ ਹੈ। ਹੋਰ ਵੀ ਨਿਹੰਗ ਸਿੰਘ ਉੱਥੇ ਨਜ਼ਰ ਆਏ ਨੇ, ਕਈ ਨਿਹੰਗ ਸਿੰਘ ਜਿਹੜੇ ਨਜ਼ਰ ਆਏ, ਤਾਂ ਇਹ ਤੁਹਾਡੇ ਸਾਹਮਣੇ ਤਸਵੀਰ ਹੈ। ਇਕੱਲਾ ਨਿਹੰਗ ਸਿੰਘ ਅੱਗੇ ਵਧਿਆ ਆਪਣੇ ਮੋਟਰਸਾਈਕਲ ਤੇ, ਪਰ ਅੱਗੇ ਬੈਰੀਕੇਡ ਦੇ ਬਿਲਕੁਲ ਨੇੜੇ ਚਲਾ ਗਿਆ, ਬਿਲਕੁਲ ਨੇੜੇ ਚਲਾ ਗਿਆ। ਇਕੱਲਾ ਨੌਜਵਾਨ ਨਿਹੰਗ ਸਿੰਘ ਹੈ, ਮੋਟਰਸਾਈਕਲ ਆਪਣਾ ਬਿਲਕੁਲ ਨੇੜੇ ਲੈ ਕੇ ਗਿਆ, ਹੁਣ ਅੱਗੋਂ ਦੀ ਘੁਮਾ ਕੇ ਲਿਆਇਆ, ਤਾਂ ਇਹ ਤਸਵੀਰ ਤੇ ਵੀ ਨਜ਼ਰ ਹੈ। ਕਿਉਂਕਿ ਜਦੋਂ ਕਿ ਇਹਨਾਂ ਦੇ ਨੇੜੇ ਵੀ ਜਾਂਦਾ ਤਾਂ ਉਸ ਤੇ ਅਥਰੂ ਗੈਸ ਦਾ ਗੋਲਾ ਜਿਹੜਾ ਸੁੱਟ ਦਿੱਤਾ ਜਾਂਦਾ, ਪਰ ਖੁਸ਼ਕਿਸਮਤੀ ਕਹਾਂਗੇ ਕਿ ਕਿਉਂਕਿ ਜਦੋਂ ਇਹ ਅਥਰੂ ਗੈਸ ਦਾ ਗੋਲਾ ਡਿੱਗਦਾ ਤਾਂ ਬੁਰੀ ਤਰ੍ਹਾਂ ਨੁਕਸਾਨ ਹੁੰਦਾ ਜਿਹਦੇ ਵੱਲ ਸਿੱਟਿਆ ਜਾਂਦਾ, ਤਾਂ ਖੁਸ਼ਕਿਸਮਤੀ ਕਹਾਂਗੇ ਕਿ ਇਸ ਮੋਟਰਸਾਈਕਲ ਤੇ ਨਹੀਂ ਸਿੱਟਿਆ ਗਿਆ। ਇਹ ਤਸਵੀਰ ਤੁਹਾਡੇ ਸਾਹਮਣੇ ਨੇ, ਕਿਵੇਂ ਦਾ ਮਾਹੌਲ ਸਵੇਰੇ ਸਵੇਰੇ ਹੀ ਇੱਥੇ ਮਾਹੌਲ ਜਿਹੜਾ ਹੈਗਾ ਕਹਾਂਗੇ ਕਿ ਤਣਾਅ ਵਾਲਾ ਬਣ ਚੱਲਿਆ ਸੀ, ਜਿਸ ਤਰ੍ਹਾਂ ਅਥਰੂ ਗੈਸ ਦੇ ਗੋਲੇ ਸਿੱਟੇ ਗਏ। ਪਰ ਫਿਲਹਾਲ ਕਿਸਾਨਾਂ ਨੇ ਕਹਿ ਦਿੱਤਾ ਹੈ ਕਿ ਅਸੀਂ ਸੰਯਮ ਨਾਲ ਅਸੀਂ ਪਹਿਲਾਂ ਮੀਟਿੰਗ ਕਰਾਂਗੇ, ਰਣਨੀਤੀ ਬਣਾਵਾਂਗੇ, ਜਿਵੇਂ ਸਾਡੇ ਆਗੂ ਸਾਨੂੰ ਕਹਿਣਗੇ, ਸੁਨੇਹਾ ਦੇਣਗੇ, ਉਹੀ ਫੈਸਲਾ ਕੀਤਾ ਜਾਏਗਾ, ਉਸੇ ਤਰ੍ਹਾਂ ਅੱਗੇ ਕੀਤਾ ਜਾਏਗਾ, ਉਸੇ ਤਰ੍ਹਾਂ ਦਾ ਐਕਸ਼ਨ ਹੈ ਜਿਹੜਾ ਉਹ ਅੱਗੇ ਜਿਹੜਾ ਹੈਗਾ ਲਿਆ ਜਾਣਾ। ਪਰ ਸਾਹਮਣੇ ਵਾਲੇ ਪਾਸੇ ਜਦੋਂ ਅਥਰੂ ਗੈਸ ਦੇ ਗੋਲੇ ਚੱਲਦੇ ਨੇ ਤਾਂ ਇੱਕ ਵਾਰੀ ਭਗਦੜ ਜਿਹੜੀ ਹੈ ਉਹ ਜ਼ਰੂਰ ਮੱਚਦੀ ਹੈ। ਨੌਜਵਾਨ ਕਿਸਾਨ ਕੁਝ ਜਿਹੜੇ ਨੇ ਉਹ ਇੱਥੇ ਤੁਹਾਨੂੰ ਨਜ਼ਰ ਆ ਰਹੇ ਨੇ ਕਿ ਅੱਗੇ ਆ ਕੇ ਖੜਦੇ ਨੇ, ਮੋਟਰਸਾਈਕਲ ਵਾਲਾ ਨਿਹੰਗ ਸਿੰਘ ਵਾਪਸ ਆ ਰਿਹਾ ਜੀ, ਉਹ ਤਸਵੀਰ ਇੱਕ ਵਾਰੀ ਫਿਰ ਤੋਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਨਿਹੰਗ ਸਿੰਘ ਵੀ ਵਾਪਸ ਆ ਰਹੇ ਨੇ, ਦੇਖਦੇ ਹਾਂ ਜੇ ਗੱਲਬਾਤ ਹੁੰਦੀ ਹੈ ਇਹਨਾਂ ਦੇ ਨਾਲ, ਅੱਗੇ ਜਾਇਜ਼ਾ ਕਹਾਂਗੇ ਕਿ ਲੈ ਕੇ ਆਏ ਨੇ, ਮਾਹੌਲ ਦੇਖ ਕੇ ਆਏ ਨੇ। ਸਿੰਘ ਸਾਹਿਬ ਅੱਗੇ ਜਾ ਕੇ ਆਏ ਹੋ, ਕਿਸ ਤਰ੍ਹਾਂ ਦੀ ਤਸਵੀਰ ਆ ਉੱਥੇ? ਫਿਲਹਾਲ ਤਾਂ ਸ਼ਾਂਤੀ ਆ ਜੀ, ਪਰ ਉਹਨਾਂ ਦਾ ਪਤਾ ਕੋਈ ਨਹੀਂ ਬੰਬ ਕਦੋਂ ਮਾਰਨ ਲੱਗ ਜਾਣਾ। ਹਾਂਜੀ, ਤੁਸੀਂ ਮੈਂ ਦੇਖਿਆ ਕਿ ਬੜੇ ਤਿਆਰ ਪਰ ਤਿਆਰ ਹੋ, ਵੈਸੇ ਨਿਹੰਗ ਸਿੰਘ ਘੋੜਿਆਂ ਤੇ ਵਿੰਦੇ, ਪਰ ਤੁਸੀਂ ਇਹ ਵੀ ਜਿਸ ਤਰ੍ਹਾਂ ਦਾ ਤੁਹਾਡਾ ਬਾਣਾ ਹੈ, ਤੁਸੀਂ ਪੂਰਾ ਘੋੜੇ ਵਾਂਗੂ ਹੀ ਤਿਆਰ ਹੋ ਕੇ ਆਏ ਹੋ? ਇਹ ਮਾਡਰਨ ਘੋੜੇ ਆ ਜੀ। ਹਾਂਜੀ, ਹੁਣ ਜਿੱਦਾਂ ਦਾ ਸਮਾਂ ਹੁੰਦਾ ਸਿੰਘਾਂ ਨੂੰ ਉਦਾਂ ਦਾ ਰਹਿਣਾ ਪੈਂਦਾ ਆ ਜੀ। ਆ ਸਪੈਸ਼ਲ ਅੱਖਾਂ ਤੇ ਜਿਹੜੇ ਚਸ਼ਮੇ ਨੇ, ਆ ਹੱਥਾਂ ਤੇ ਦਸਤਾਨੇ ਤੁਹਾਡੇ ਬੜੇ ਸਪੈਸ਼ਲ ਲੱਗ ਰਹੇ ਨੇ। ਇਹ ਸਪੈਸ਼ਲ ਨਹੀਂ ਆ ਜੀ, ਇਹ ਤਾਂ ਪ੍ਰੋਟੈਕਟਿਵ ਗੇਅਰ ਆ ਜੀ, ਤੁਹਾਨੂੰ ਪਤਾ ਆ ਕਿੱਦਾਂ ਜ਼ਾਲਮ ਲੋਕ ਜਿਹੜੇ ਆ ਬਚਾ ਰਹੀ ਹੈ ਵੈਸੇ ਤੂੰ ਐ ਤੋਂ? ਹਾਂਜੀ, ਕੁਝ ਬਚਾ ਹੁੰਦਾ ਥੋੜਾ ਬਹੁਤਾ ਹੋ ਜਾਂਦਾ ਆ ਜੀ ਉਦਾਂ, ਪਰ ਉਹ ਸਿੱਟਦੇ ਬਹੁਤ ਜ਼ਿਆਦਾ ਬੰਬ ਬਹੁਤ ਮਾਰ ਰਹੇ ਆ ਜੀ। ਕੱਲ੍ਹ ਇੱਥੇ ਸਿੰਘ ਬੜੇ ਜ਼ਖਮੀ ਹੋਏ ਆ ਜੀ, ਕਈਆਂ ਨੂੰ ਅਸਥਮਾ ਸੀਗਾ, ਉਹਨਾਂ ਨੂੰ ਐਂਬੂਲੈਂਸ 'ਚ ਪਾ ਕੇ ਲੈ ਕੇ ਗਏ, ਇੱਥੇ ਤੱਕ ਐਂਬੂਲੈਂਸ ਆਈ ਸੀ ਜੀ। ਤਾਂ ਇਹ ਨਿਹੰਗ ਸਿੰਘ ਕਹਿੰਦੇ ਨੇ ਜੀ ਕਿ ਮਾਡਰਨ ਘੋੜੇ ਤੇ ਅੱਗੇ ਗੇੜਾ ਮਾਰ ਕੇ ਆਏ ਨੇ, ਜਾਇਜ਼ਾ ਲੈ ਕੇ ਆਏ ਨੇ ਹਾਲਾਤ ਦਾ। ਤਾਂ ਇਹ ਤਸਵੀਰ ਹੈ ਜੀ, ਹਾਲੇ ਸ਼ਾਂਤੀ ਹੈ, ਅਸੀਂ ਤਾਂ ਆਸ ਇਹੀ ਕਰਾਂਗੇ ਕਿ ਸ਼ਾਂਤੀ ਬਣੀ ਰਹੇ, ਨਾ ਕਿਸੇ ਨੂੰ ਸੱਟ ਲੱਗੇ, ਨਾ ਕਿਸੇ ਨੂੰ ਜ਼ਖਮੀ ਕੀਤਾ ਜਾਵੇ, ਸ਼ਾਂਤੀ ਬਣੀ ਰਹੇ ਔਰ ਸ਼ਾਂਤਮਈ ਤਰੀਕੇ ਦੇ ਨਾਲ ਹੀ ਮਸਲੇ ਦਾ ਹੱਲ ਹੋ ਜਾਏ। ਪਰ ਜਦੋਂ ਧਮਾਕੇ ਹੋਣੇ ਸ਼ੁਰੂ ਹੁੰਦੇ ਆ, ਜਦੋਂ ਅਥਰੂ ਗੈਸ ਦੇ ਗੋਲੇ ਫਟਣੇ ਸ਼ੁਰੂ ਹੁੰਦੇ ਆ, ਤਾਂ ਉਦੋਂ ਚਿੰਤਾ ਵੱਧਦੀ ਹੈ ਕਿ ਆਖਿਰ ਗੱਲਬਾਤ ਕਿਵੇਂ। ਕਈ ਵਾਰ ਅਸੀਂ ਦੇਖਦੇ ਹਾਂ ਕਿ ਦੁਸ਼ਮਣ ਮੁਲਕਾਂ ਦੇ ਨਾਲ ਵੀ ਜਦੋਂ ਜੰਗ ਲੱਗ ਜਾਂਦੀ ਹੈ ਤਾਂ ਗੱਲਬਾਤ ਚੱਲਦੀ ਰਹਿੰਦੀ ਹੈ, ਗੱਲਬਾਤ ਜਦੋਂ ਚੱਲਦੀ ਹੈ ਤਾਂ ਉਸ ਵੇਲੇ ਹਮਲੇ ਰੁਕ ਜਾਂਦੇ ਆ, ਪਰ ਇੱਥੇ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਗੋਲੇ ਚੱਲਣੇ, ਧਮਾਕੇ, ਆਵਾਜ਼ ਆਉਣੀ, ਇਹ ਕਿਤੇ ਨਾ ਕਿਤੇ ਚਿੰਤਾਜਨਕ ਹੈ।